ਮੰਮੀ ਫਲੀਆਂ ਜਿਹੀਆਂ ਕੱਟਣ ਡਿਆ ਮਸ਼ੀਨ ਜੀ ਦੇ ਨਾਲ, ਇਹ ਵਧੀਆ ਚੀਜ਼ ਆ। ਹਰ ਨੂੰ ਸੁੱਤੀ ਆ ਇਹ, ਕਾਹ ਬੜਾ ਲਾਉਂਦਾ ਜੀ, ਦਿਮਤਾਣਾ ਰਹਿਣਾ ਰਹਿਣਾ ਦਿਮਤਾਣਾ ਰਹਿਣਾ ਰਹਿਣਾ। ਪੈਸੇ ਨਿਕਲੇ ਆਟੇ 'ਚੋਂ, ਆਟੇ 'ਚ ਪੈਸੇ ਨਿਕਲੇ ਉਹ ਕਿੰਨੇ, ਲਿਆਓ ਮੈਨੂੰ ਦੇ ਦਿਉ, ਨਹੀਂ ਸਾਂਭੇ ਜਾਣ ਡੇ। ਮੰਮੀ ਇੱਥੇ ਰੱਖਿਆ, ਉੱਤੇ ਰੱਖਿਆ ਵਾ, ਕਿੱਥੇ ਉੱਤੇ ਆ? ਹਾਂ ਤੁਰੀ ਫਿਰਦੀ ਆ ਕਿੱਥੇ? ਅੱਛਾ ਉਹ ਗੱਤੇ ਵਾਲਾ, ਠੀਕ ਠੀਕ ਠੀਕ, ਉਹ ਪਿਆ ਆ, ਉਹ ਲਾ ਲਈਏ। ਮੰਮੀ ਜੀ ਹੋਣੀ ਹੋ ਗਈ ਨੇ ਤਿਆਰ, ਅਤੇ ਇੱਧਰ ਸੰਦੀਪ ਵੀ ਹੋ ਗਈ ਤਿਆਰ, ਹਰਗੁਣ ਵੀ ਹੋ ਗਈ ਤਿਆਰ। ਚਲੋ ਆ ਮੋਬਾਈਲ ਫੜਦਾ, ਆ ਉੱਥੇ ਸੁਣੀ ਰਾਤ ਚੱਲਣਾ ਹੈਗਾ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇਧਰ ਵਲੋਗ ਦੇ ਵਿੱਚ। ਅਤੇ ਅੱਜ ਕਰਨ ਦੇ ਨੂੰ ਫਿਲਟਰ ਦੇਵਾਂਗੇ ਆਪਾਂ ਅਤੇ ਫਿਲਟਰ ਆਪਣੇ ਕੋਲ ਪਿਆ ਸੀਗਾ ਜਿਹੜਾ ਪੁਰਾਣਾ ਸਾਡੇ ਘਰ ਲੱਥਾ ਸੀ ਨਾ, ਉਹ ਆਪਾਂ ਚਲਾਇਆ ਸੀਗਾ ਅਤੇ ਹੁਣ ਕਰਨ ਦੀਦੀ ਹੁਣ ਉਹੀ ਦੇਵਾਂਗੇ, ਟਾਈਮ ਪਾਸ ਉਹਨਾਂ ਦਾ ਚੱਲਦਾ ਰਹੂਗਾ। ਅਤੇ ਹੁਣ ਤੁਹਾਨੂੰ ਪਤਾ ਮੇਰਾ ਵੀ, ਮੈਂ ਵੀ ਮਤਲਬ ਆਪਣੇ ਘਰ ਨੂੰ ਪਾਲਣ ਡਿਆ, ਗੁੱਡੀਆਂ ਨੂੰ ਹੈ ਨਾ ਜਵਾਨ ਕਰਨਾ, ਪੜ੍ਹਾਉਣਾ ਲਿਖਾਉਣਾ ਵਿਆਹੁਣਾ, ਹੁਣ ਤੋਂ ਮਤਲਬ ਇਹ ਚੀਜ਼ਾਂ ਦੀ ਟੈਨਸ਼ਨ ਜਿਹੜੀ ਲੈ ਕੇ ਚੱਲਣੀ ਚਾਹੀਦੀ ਆ। ਅਤੇ ਇਸ ਕਰਕੇ ਹੁਣ ਅਤੇ ਦੀਦੀ ਵੱਲ ਵੀ ਚਲੋ ਖਿਆਲ ਹੁੰਦਾ, ਇੱਦਾਂ ਦੀ ਗੱਲ ਨਹੀਂ ਹੈਗੀ ਵੀ, ਜਿੰਨੇ ਯੋਗ ਹੈਗਾ ਕਰਨ ਦੀ ਦਾ ਵੀ ਕਰੀਦਾ ਆ ਮਹਾਰਾਜ, ਬਸ ਚੜ੍ਹਦੀ ਕਲਾ ਰੱਖੇ ਵੀ। ਮੈਂ ਬਹੁਤ ਹਿੰਮਤ ਕਰਦਾ ਹਾਂ, ਹੁਣ ਕਈ ਚੀਜ਼ਾਂ ਹੁੰਦੀਆਂ ਸਾਰੀਆਂ ਵੀ ਸੋਸ਼ਲ ਮੀਡੀਆ 'ਤੇ ਨਹੀਂ ਦੱਸੀਆਂ ਜਾਂਦੀਆਂ, ਕਈ ਵਾਰ ਤੁਸੀਂ ਕਮੈਂਟ ਕਰ ਦਿੰਦੇ ਹਰ ਇੱਕ ਚੀਜ਼ ਸੋਸ਼ਲ ਮੀਡੀਆ 'ਤੇ ਨਹੀਂ ਦੱਸੀ ਜਾਂਦੀ ਵੀ ਮੈਂ ਕਿਵੇਂ ਰਹਿੰਦਾ ਆਪਣੀ ਭੈਣ ਦੇ ਨਾਲ ਜਾਂ ਕਿਵੇਂ ਨਹੀਂ, ਕਿਉਂਕਿ ਕਈ ਵਾਰ ਕੁਝ ਚੀਜ਼ਾਂ ਹੁੰਦੀਆਂ ਨਹੀਂ ਦੱਸਣ ਯੋਗ ਹੁੰਦੀਆਂ ਅਤੇ ਕੁਝ ਚੀਜ਼ਾਂ ਜਿਹੜੀਆਂ ਦੱਸ ਵੀ ਦੇਈਦੀਆਂ ਨੇ। ਅਤੇ ਸੋ ਇਵੇਂ ਨਾ ਜੱਜ ਕਰਿਆ ਕਰੋ ਮੇਰਾ ਭਰਾ, ਠੀਕ ਆ? ਅਤੇ ਸੋ ਹੁਣ ਚੱਲਦੇ ਹਾਂ ਕਿਰਨ ਦੀਦੀ ਹੁਣ ਵੱਲ, ਅਤੇ ਫਿਲਟਰ 'ਤੇ ਆਪਣੇ ਕੋਲ ਆਹ ਪਿਆ ਆ, ਇਹਦੇ ਵਿੱਚ ਨਵਾਂ ਮੈਂ ਲਿਆਂਦਾ ਸੀ ਅਤੇ ਇਹ ਨਵੇਂ ਦਾ ਗੱਤਾ, ਇਹਦੇ 'ਚ ਪੁਰਾਣਾ ਪਾਇਆ ਹੋਇਆ ਹੈ ਅਤੇ ਇਹ ਠੀਕ ਹੈ ਵੈਸੇ। ਆ ਗਈ ਮਗਰੇ, ਹਾਂ ਚੱਲੀਏ ਭੁਈ ਕੋ ਚੱਲੀਏ, ਹੈਂ ਵੇ ਹੱਥ ਬਹੁਤ ਚੁੱਕਦੀ, ਦਾਦੀ ਨੇ ਐਨਕ ਦੇ ਆ, ਦਾਦੀ ਦੀ ਉਹ ਐਨਕ ਦੇ ਕੇ ਆਓ ਭਾਈ, ਆਓ ਵੇ ਉਹ ਦੇ ਕੇ ਆ, ਜਾਓ ਭਾਈ ਦੇ ਕੇ ਆ, ਹਾਲ ਹੈ ਉੱਦਾਂ ਚਲ ਗਈ, ਆ ਦੇ ਕੇ ਆ, ਹਾਲ ਆਹ ਤੋੜ ਦੇ ਨਾ ਯਾਰ, ਤੋੜ ਦੇ ਨਾ ਦੋਵੇਂ ਲੱਤਾਂ ਇੱਧਰ ਉੱਧਰ ਖਿਲਾ ਕੇ ਦੇ ਆ ਯਾਰ। ਨਹੀਂ ਮੈਂ ਜਾ ਦਾਦੀ ਨੂੰ ਫੜਾ ਕੇ ਫੜਾਉਣ ਆਈ ਵਿਚਾਰੀ, ਚੱਲ ਅੱਜ ਚੱਲ ਗਈ, ਚੱਲ ਆ ਵੇਖ ਲੋ ਇੱਥੇ ਗਲੀ ਚ ਘੁੰਮ, ਇਧਰ ਆਓ ਇਧਰ ਚੱਲੇ ਆਪਾਂ, ਬਾਏ ਬਾਏ ਬਾਏ, ਜਾਓ ਫਿਰ ਇਹਨੂੰ ਛੱਡ ਦੋ ਇੱਥੇ, ਮਸ਼ੀਨ ਚੱਲਣ ਲੱਗੀ, ਮਸ਼ੀਨ ਚੱਲਣ ਲੱਗੀ ਭਈ ਫੜੀ ਫੜੀ ਕਿੱਡੀ ਛੱਡੀ ਆ ਜੀ, ਚੱਲੇ ਉਹ ਵੇਖ ਲੋ ਮਸ਼ੀਨ ਚੱਲਣ ਲੱਗੀ ਮਸ਼ੀਨ ਭੱਜੀ ਜਾਂਦੀ, ਮੰਮੀ ਡੋਲ ਭਰੀ ਜੀ ਹੋ ਗਈ, ਮੈਂ ਕਿਹਾ ਰਹਿ ਵੀ ਮੰਮੀ ਰਹਿ ਜੀ, ਮੰਮੀ ਚੱਲੀ ਬੈਲਟ ਲਾ ਲਾ, ਇੱਥੇ ਲੈ ਲਾਂਗੇ ਨਾਰੀਅਲ ਦੋ ਪਾਣੀ ਵਾਲੇ ਕਰਨ ਵਾਸਤੇ, ਇੱਕ ਆਹ ਕਹਿੰਦੀ ਆ ਵੀ ਮੈਨੂੰ ਦਵਾਈ ਦੇ ਦਿਓ, ਵੀ ਦਵਾਈ ਲਈ ਨਾ ਸੰਦੀਪ ਨੇ ਹੁਣੇ ਲੈ, ਅਤੇ ਇਹ ਕਹਿਣ ਡੇ ਮੈਨੂੰ ਦਵਾਈ ਦਿਓ ਖਾਣ ਨੂੰ, ਇਹ ਕਹਿੰਦੀ ਮੈਂ ਪੀਣਾ ਨਹੀਂ। ਸਤਿ ਸ਼੍ਰੀ ਅਕਾਲ,
ਰੱਖਤਾ ਆ ਆਉਂਦੇ ਭੰਗੜਾ ਪਾਉਣ ਡਿਆ ਵੀ ਚੱਲ ਆ ਜਾ ਫਰਿੱਜ ਦੀ ਬੱਤੀ ਬੰਦ ਹੋਣੀ ਹੈ ਫਰਿੱਜ ਦੀ ਬਰਫ਼ ਹੋ ਗਈ ਹੋਰ ਸੁਣਾ ਠੀਕ ਠਾਕ ਜੀ ਲੱਗ ਗਿਆ ਹੈ ਚੱਲ ਵਧੀਆ ਵਧੀਆ ਹੌਲੀ ਹੌਲੀ ਲੱਗ ਜਾਣਾ ਥੋੜ੍ਹੇ ਦਿਨ ਹੋਣਾ ਉੱਪਰ ਉੱਪਰ ਪਰ ਅੱਜ ਤੁਹਾਨੂੰ ਸਗੋਂ ਘੱਟ ਹੁੰਦਾ ਕਿਉਂਕਿ ਤੁਸੀਂ ਵਿੱਚੋਂ ਚਾਲੇ ਹੁੰਦੇ ਜੁਰੇ ਫਿਰ ਪੂਰੇ ਮਾਰਦੇ ਬਥੇਰੇ ਆਪੇ ਲੱਗ ਜਾਣਾ ਨਹੀਂ ਤਾਂ ਲਾਉਣਾ ਹੀ ਪੈਣਾ ਜਿਹੜੀ ਸਿੱਧੀ ਗੱਲ ਆ ਅਤੇ ਨਹੀਂ ਵੀ ਪਾਣੀ ਡੋਲਿਆ ਇਹਨੇ ਟੱਪ ਵਾਲਾ ਉੱਥੇ ਕਿਚਨ 'ਚ ਉੱਥੇ ਡੋਲਿਆ ਉੱਥੇ ਜ਼ਿਆਦਾ ਓਵਰਫਲੋ ਹੋ ਗਿਆ ਪਰ ਉਹਨੂੰ ਚਲ ਗਿਆ ਬੱਲੇ ਬੱਲੇ ਉਹ ਜਾਲ ਜਿਹਾ ਬੜਾ ਇਕੱਠਾ ਕਰ ਛੱਡਿਆ ਉਹ ਓਨੀ ਐਲ ਸੀ ਡੀ ਨਹੀਂ ਦਿਖਦੀ ਜਿੰਨਾ ਜਾਲ ਲੱਭਦਾ ਸੀ ਉਹ ਭਾਜੀ ਲੱਗੇ ਫੋਨ 'ਤੇ ਨਾਲ ਬਰਥਡੇ ਕਰਨ ਕਿਸੇ ਨਾਲ ਅਤੇ ਇੱਧਰ ਢੋ ਲਾਤੀ ਆ ਹੁਣ ਬੈੱਡ ਪਛਾਂ ਕਰਨ ਵਾਲੇ ਢੋਟਾ ਕੱਸਤੀ ਆ ਅਤੇ ਬਾਥਰੂਮ ਦਾ ਫਰਸ਼ ਬੜਾ ਮਾੜਾ ਹਾਲ ਸੀਗਾ ਢਲਾਣ ਗਲਤ ਹੋਈ ਇਹ ਵੀ ਇਹਨਾਂ ਨੇ ਕੱਲ੍ਹ ਪਾਇਆ ਨਵਾਂ ਹਾਲ ਇੱਦਾਂ ਦਾ ਕਦੇ ਨਿਰੂ ਮਾੜਾ ਮੋਟਾ ਪਵਾ ਲੈਂਦੇ ਨਾ ਕਿਤੇ ਆਹ ਰੇਤ ਨਹੀਂ ਇੰਨੀ ਨਿਕਲਣੀ ਕੱਚੇ ਬਿਲਕੁਲ ਖਾਲੇ ਬਹੁਤ ਮੰਦਾ ਹਾਲ ਰੇਤ ਤਾਂ ਹਟਣੀ ਨਹੀਂ ਸਾਡੀ ਰੇਤ ਦਾ ਤਾਂ ਬਹੁਤ ਮੰਦਾ ਹਾਲ ਯਾਰ ਕੀ ਕਿਰਚ ਕਿਰਚ ਕੁੜੀਆ ਕੋਨੇ ਹਾਲ ਮੈਂ ਵੀ 2000 ਰੇਟ 'ਤੇ ਲੱਗ ਗਈ ਹੋਏ ਲੈ 2 ਦੀ ਵੀ ਇੱਧਰੋਂ 1000 ਉੱਡ ਗਈ ਆ ਇੱਧਰੋਂ ਲੱਗ ਗਈ ਆ ਅਤੇ ਇੱਥੇ ਤਾਂ ਕੰਮ ਪਹੁੰਚ ਗਿਆ ਆਪਾਂ ਆਹ ਵੇਖੋ ਕਮਰਾ ਓਕੇ ਹੋ ਗਿਆ ਨਾ ਡੈਡੀ ਲੱਗ ਗਏ ਨੇ ਲੱਗੇ ਆ ਸਤਿ ਸ਼੍ਰੀ ਅਕਾਲ ਡੈਡੀ ਜੀ ਹੋਰ ਠੀਕ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਹੋਰ ਸੁਣਾਓ ਠੀਕ ਜੀ ਚਲ ਵਧੀਆ ਚਾਹੀਦਾ ਅੰਕਲ ਦਾ ਸੁਭਾਅ ਬਹੁਤ ਵਧੀਆ ਹੈ ਗੁੱਡ ਸੁਭਾਅ ਆ ਚਲ ਆਹ ਬਹਿ ਜਾ ਕਰਾਤੀ ਆ ਬਹੁਤ ਸੋਹਣਾ ਹੋ ਗਿਆ ਮੈਂ ਹੁਣ ਚੱਲਿਆ ਹਾਂ ਆ ਜੀ ਟਰੈਕਟਰ ਵੱਲ ਦੇਖਦੀ ਹਾਂ ਭਾਜੀ ਦੇ ਨਾਲ ਚੱਲਦਾ ਹਾਂ ਮੈਂ ਨਕਸ਼ਾ ਇਹਦਾ ਲੈ ਜੀ ਘਰ ਦਾ ਥੋੜ੍ਹਾ ਜਿਹਾ ਸੈੱਟ ਜਿਹਾ ਕਰਾ ਕੇ ਨਕਸ਼ਾ ਥੋੜ੍ਹਾ ਜਿਹਾ ਸੈੱਟ ਕਰਵਾ ਲੈ ਗਏ ਤੁਹਾਨੂੰ ਦੱਸਿਆ ਨਹੀਂ ਕਮਰੇ ਜਿਹੜੇ ਨੇ ਬੈੱਡਰੂਮ 2 ਹੀ ਬਣੇ ਆ ਅਤੇ ਵੇਖਦੇ ਮੈਂ ਵੀ ਉਹਨੂੰ ਕਿਹਾ ਸੀ ਚੇਂਜ ਕਰਦੀ ਹਾਂ ਦੇਖੋ ਚੇਂਜ ਕੀਤਾ ਕਿ ਨਹੀਂ ਅੱਜ ਮਿਲ ਕੇ ਆਉਂਦੇ ਕੱਲ੍ਹ ਸੰਡੇ ਕੱਲ੍ਹ ਵੀ ਗਏ ਕੱਲ੍ਹ ਬੰਦ ਸੀਗਾ ਅਤੇ ਪਰਸੋਂ ਸਰੀਰ ਨਹੀਂ ਠੀਕ ਉਹਦਾ ਵੀਰ ਦਾ ਅਤੇ ਅੱਜ ਕਹਿੰਦਾ ਸੀ 3 ਵਜੇ ਤੱਕ ਮੈਂ ਆ ਜਾਣਾ ਹੁਣ ਵੇਖੋ ਜਾਂਦੇ ਹਾਂ ਡੈਡੀ ਦੇ ਨਿੱਟਾਂ ਢੋਣ ਮੈਂ ਵੀ ਅੱਗੇ ਥੋੜ੍ਹੀ ਦੋ ਕੁ ਵਾਰ ਜਾ ਰਿਹਾ ਆਉਣਾ ਕਹਿੰਦੀ ਮੈਂ ਰੇਤ ਵਿੱਚ ਜਾਣਾ ਹੈ ਬਸ ਉਹ ਰੇਤ 'ਚ ਖੇਡਣਾ ਹੈ ਨਾ ਉਹ ਦਾਦਾ ਆ ਗਈ ਦਾਦਾ ਕਿੱਥੇ ਰੁਕਣ ਉਹ ਵੀ ਦਾਦਾ ਕਹਿੰਦੀ ਮੈਂ ਰੇਤ 'ਚ ਖੇਡਣਾ ਮੈਂ ਵੀ 2 ਕੁ ਵਾਰ ਅੱਗੇ 2-4 ਫੇਰੇ ਲਾਏ ਗਰਮੀ ਬੜੀ ਹੈ ਅਤੇ ਆਵਾਜ਼ ਨਹੀਂ ਆਉਣ ਡੀ ਲੈ ਨਾ ਟੀ ਵੀ ਖਰਾਬ ਹੋ ਗਿਆ ਇਹ ਟੈਨਸ਼ਨ ਡੀ ਲੈਣ ਚਲੋ ਅਸੀਂ ਵੀ ਚੱਲ ਜਾਈਏ ਕੋਈ ਕੰਮ ਸਵਾਰ ਰਹੀਏ ਕਿ ਨਹੀਂ ਅਸੀਂ ਹੁਣ ਤੱਕ ਵਿਗਾੜ ਨਹੀਂ ਰਹੇ ਕੰਮ ਹਾਂ ਹੁਣ ਇਹ ਲਿਖੋ ਲਿਆ ਫਿਲਟਰ ਹੈਗਾ ਵਿੱਚ ਮੈਂ ਤੁਹਾਨੂੰ ਵਿਖਾ ਦਈਏ ਨਾ ਅਤੇ ਆਹ ਖਾਲੀ ਗੱਤਾ ਚੁੱਕੀ ਫਿਰਦੇ ਆ ਭਾਜੀ ਕਹਿੰਦੇ ਸਾਡੀ ਇਹ ਪੀਲੀ ਕਿਆਰੀ ਵੇਖ ਕੇ ਨਾ ਅਤੇ ਜਿਹੜੇ ਆਪਣੇ ਸਬਸਕ੍ਰਾਈਬਰ ਜਾਂ ਵੀਵਰ ਕੋਈ ਵੀ ਮਿਲਣ ਵਾਸਤੇ ਆਉਂਦਾ ਜਾਂ ਇੰਸਟਾਗ੍ਰਾਮ 'ਤੇ ਜੀ ਕਿੱਦਾਂ ਅਤੇ ਉਹ ਕਿਆਰੀ ਵੇਖ ਕੇ ਆ ਜਾਂਦੇ ਮਿਲਣ ਵਾਸਤੇ ਮੈਂ ਹੋਰ ਕੀ ਚਾਹੀਦਾ ਮੈਂ ਹੋਰ ਕੋਠੀ ਨੂੰ ਵੀ ਪੀਲਾ ਰੰਗ ਕਰਾ ਦਿਓ ਬਸ ਪੀਲੀ ਕੋਠੀ ਵਾਲੇ ਵੱਜਿਆ ਕਰਨ ਬਸ ਅਤੇ ਲੋਕ ਝੱਟ ਆ ਜਾਇਆ ਕਰਨ ਬੱਸ ਸਟੈਂਡ ਦਾ ਕੀ ਹਾਲ ਹੋ ਹੀ ਰਿਹਾ ਵਾ ਰੋਡ ਦੇ ਉੱਤੇ ਹੀ ਆਪਣਾ ਸਾਈਕਲ ਸੂਕਲ ਗੱਡੀਆਂ ਲਾਈ ਜਾਂਦੇ ਨੇ ਬਸ ਇੱਧਰ ਚੱਲ ਰਿਹਾ ਨਕਸ਼ੇ ਦਾ ਕੰਮ ਬੈਠੋ ਇੱਥੇ ਸਾਹਿਬ ਜੀ ਨਕਸ਼ੇ ਕਿਹੜੇ ਕਿਹੜੇ ਘੈਂਟ ਲੱਗੇ ਇੱਥੇ ਭਾਜੀ ਲੈਣ ਵਾਸਤੇ ਕਹਿੰਦੇ ਜੂਸ ਅਤੇ ਮੈਂ ਕਰਾ ਲਿਆ ਯਾਰ ਜੂਸ ਪੀਏ ਯਾਰ ਨਾਲੇ ਕਹਿੰਦੇ ਜੋਗਾ ਲੈ ਜਾਵਾਂਗੇ ਮੰਮੀ ਹੁਣ ਵੀ ਘਰੇ ਨੇ
ਮਾਸਾ ਵੱਧ ਪਾ ਕੇ ਦਿੱਤਾ ਨਾ ਜੂਸ ਨੇ ਨਹੀਂ ਨਕਸ਼ਾ ਆਪਾਂ ਕਰਾ ਲਿਆ ਸੈੱਟ ਵੈੱਟ ਇਹ ਨਾ ਖਣੀ ਐਵੇਂ ਫੋੜਾ ਮਰੀ ਜਾਂਦਾ ਤੁਹਾਨੂੰ ਮਾੜਾ ਜਿਹਾ ਵਿਖਾ ਦਿੰਦੇ ਹਾਂ ਵੀ ਬਾਕੀ ਨਹੀਂ ਅਜੇ ਵਿਖਾਉਣਾ ਆਹ ਵੇਖੋ ਨਕਸ਼ਾ ਰੈਡੀ ਕਰਾ ਕੇ ਲਿਆਂਦਾ ਵਾ ਉਹ ਵਾਸ਼ਰੂਮ ਸਾਹਮਣੇ ਦੇਖ ਰਿਹਾ ਕੀ ਗੱਲ ਹੋਈ ਆ ਲੈ ਇਹ ਕੀ ਹੁਣ ਪਾਪਾ ਆ ਗਏ ਪਾਪਾ ਮਸ਼ੀਨ ਲੱਗੀ ਚੱਲਣ ਚੱਲਣ ਲੱਗੀ ਮਸ਼ੀਨ ਲੈ ਬਈ ਜੂਸ ਆ ਗਿਆ ਜੂਸ ਪੀਂਦੇ ਹਾਂ ਜੂਸ ਪੀਆਂਗਾ ਤਾਂ ਗੱਲ ਬਣਨੀ ਮੰਮੀ ਦਾ ਫੇਸ ਸਹੀ ਬਾਟਾ ਛਕਣ ਨਹੀਂ ਹੁਣ ਆਵਾਂਗੇ ਤੁਹਾਡੇ ਕੋਲ ਫੇਰ ਕਦੀ ਆਵਾਂਗੇ ਹੁਣ ਨੇੜੇ ਤਾਂ ਹੈਗੇ ਆਉਂਦੇ ਰਹਿਣਾ ਚੰਗਾ ਫਿਰ ਸਾਹਿਬ ਜੀ ਬਾਏ ਕਰਦੇ ਇੱਧਰ ਹਰਗੁਣ ਭੂਈ ਨੂੰ ਬਾਏ ਕਰ ਦਿਓ ਲੈ ਉੱਧਰ ਬਾਏ ਕਰਕੇ ਲੈ ਜਾ ਮੈਂ ਢੱਕਣ ਨਾ ਢੱਕਣ ਬਾਏ ਕਰ ਦਿਓ ਚਲੋ ਬਾਏ ਭੂਈ ਨੂੰ ਬਾਏ ਕਰ ਦਿਓ ਇੱਧਰ ਮਿੱਟੀ ਨਹੀਂ ਖਾਣੀ ਬਾਏ ਕਰ ਦਿਓ ਫੜ ਲੈ ਮੰਮੀ ਹੁਣ ਇਹਨੂੰ ਮਿੱਟੀ 'ਚ ਇਹਨੇ ਖੇਡਣਾ ਹੀ ਹੁਣ ਵੇ ਉਹ ਮਿੱਟੀ 'ਚ ਲੱਗੀ ਫੜਨ ਆਓ ਜੀ ਫੜ ਲਾ ਫੜ ਲਾ ਫੜ ਲਾ ਫੜ ਲਾ ਹਜ਼ਾਰ ਗੁਣ ਡਿੱਗਣ ਲੱਗੀ ਮੰਮੀ ਫੜੀ ਇਹਨੂੰ ਹਾਂ ਹਾਂ ਵੱਡਾ ਵੱਡਾ ਕੀ ਕਹਿਣ ਡੇ ਤੁਸੀਂ ਅੱਛਾ ਅੱਛਾ ਹਾਂਜੀ ਹਰਗੁਣ ਤੂੰ ਵੀ ਲੈਣੀ ਆਪਣੀ ਬਾਲਟੀ ਨਹੀਂ ਨਹੀਂ ਕਰਨ ਵਾਸਤੇ ਸ਼ਾਦੀ ਵਾਸਤੇ ਅਸੀਂ ਸਬਜ਼ੀਆਂ ਲਿਆਉਣ ਵਾਸਤੇ ਠੀਕ ਤੂੰ ਮੈਂ ਵਿਆਹ ਸ਼ਾਦੀ 'ਚ ਕੀ ਆ ਪਹਾੜੀ ਜ਼ਿਆਦਾ ਵਰਤਦੇ ਆ ਇਹ ਹੈ ਨਾ ਪਹਿਲਾਂ ਤੁਹਾਨੂੰ ਸਣੀ ਕਿੰਨਾ ਸਮਾਨ ਮਿਲ ਜਾਂਦਾ ਇਹ ਕੀ ਆ ਹੈ ਕਿੰਨੀ ਖੁਸ਼ ਹੋਣ ਡਈ ਉਹ ਭਾਅ ਜੀ ਹੋਣਾ ਸਮਾਨ ਫੜਾਤਾ ਗੁੱਡੀਆਂ ਨੂੰ ਅਤੇ ਉਹ ਖੁਸ਼ ਹੀ ਬੜਾ ਹੋਣ ਡਈ ਇਹ ਹਾਂ ਇਹ ਖੁਸ਼ ਹੋਈ ਪਹਿਲਾਂ ਵਰਾਇਟੀ ਬੜੀ ਲੱਗੀ ਹੈ ਅਤੇ ਬੰਦਾ ਵਹਿੰਦੇ ਵਹਿੰਦੇ ਇੱਕ ਚੀਜ਼ ਲੈਣ ਆਉਂਦਾ ਦੋ ਲੈ ਚੱਲਦਾ ਕਿ ਨਹੀਂ ਲੀ ਵੇਖਣ ਡਈ ਸਮਾਨ ਪੋਚਾ ਵੀ ਮਿਲ ਜਾਂਦਾ ਜੇ ਪੋਚਾ ਪੋਚਾ ਸਾਰਾ ਸਮਾਨ ਹਾਂ ਬਰੱਸ਼ ਟੰਗਣ ਵਾਸਤੇ ਹਾਂ ਬਰੱਸ਼ ਟੰਗਣ ਵਾਸਤੇ ਬੜਾ ਵਧੀਆ ਮੈਨੂੰ ਇੱਧਰ ਉੱਦਣ ਲੱਗਾ ਮੈਂ ਕੱਚ ਦਾ ਹੈ ਸਹੀ ਹੈ ਨਾ ਸੋਹਣਾ ਲੱਗਦਾ ਨਾ ਇਹ ਚੁੰਡੀਆਂ ਦੇਖਣ ਡੇ ਇਹਦੇ ਵਿੱਚ ਵੀ ਕਲਰ ਵੇਖ ਲਓ ਕਿੰਨੇ ਆਉਂਦੇ ਤਰੀ ਫਿਰਨ ਡੇ ਜੀ ਹਾਂਜੀ ਚੱਲ ਗਏ ਚਲੋ 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 ਚੱਲ ਗਏ ਘਰ ਮਸ਼ੀਨ ਲੱਗੀ ਚੱਲਣ ਮਸ਼ੀਨ ਚੱਲਣ ਲੱਗੀ ਭੱਜ ਆ ਗਮਲਾ ਉਹਦਾ ਕਲਰ ਵੇਖਣਾ ਪਿਆ ਰਹੀ ਹੈ ਮਜ਼ਬੂਤ ਆ ਹੈ ਨਾ ਸੋਹਣਾ ਵੈ ਇਹਦੇ 'ਚ ਕਲਰ ਆਪਸ਼ਨ ਮਿਲ ਜਾਂਦੀ ਤੁਹਾਨੂੰ ਕਿੰਨੀਆਂ ਲੱਗੀਆਂ ਹੋਈਆਂ ਨੇ ਨੀਚੇ ਕਲਰ ਠੀਕ ਆ ਹਾਂਜੀ 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 ਹਾਂ ਹਰਗਨ ਜੀ ਬੋਟਲ ਲੈ ਲਈ ਇੱਕ ਹਾਂ ਇੱਕ ਲਿਆਂਦਾ ਡਸਟਬੀਨ ਜਿਹਾ ਇੱਥੇ ਰੱਖਣ ਵਾਸਤੇ ਕਿਉਂਕਿ ਉਹ ਬਾਲਟੀ 'ਚ ਰੱਖ ਦੇਈ ਦੀ ਨਾ ਘਰ ਪਹੁੰਚ ਗਏ ਹਾਂ ਅਤੇ ਸਮਝ ਨਹੀਂ ਲੱਗਣੀ ਮੰਮੀ ਤੈਨੂੰ ਮੰਮੀ ਪਲਾਟ 'ਚ ਜਿੱਦਾਂ ਡੈਡੀ ਖੜੂਗਾ ਨਾ ਫਿਰ ਤੈਨੂੰ ਉਦੋਂ ਸਮਝ ਲਿਆਉਣੀ ਕਿੱਦਾਂ ਵਾ ਨਕਸ਼ਾ ਲੱਗਣ ਨਕਸ਼ਾ ਡੇ ਮੰਮੀ ਨੂੰ ਦੱਸਣ ਦੇ
ਅੱਜ ਸੰਦੀਪ ਨੇ ਬਣਾਈਆਂ ਇੱਧਰ ਫਲੀਆਂ ਅਤੇ ਪਰ ਇਹਨੇ ਆਪਣੀ ਸਹੇਲੀ ਵੱਲੋਂ ਮੰਗਵਾਏ ਨੇ ਰਾਜਮਾਂਹ ਰਾਜਮਾਂਹ ਬਣਾਏ ਉਹਨੇ ਹੁਣ, ਕਿਉਂਕਿ ਸੰਦੀਪ ਦੀਆਂ ਇਹ ਫੇਵਰੇਟ ਨਹੀਂ ਆਈਆਂ, ਸੰਦੀਪ ਨੂੰ ਪਸੰਦ ਨਹੀਂ। ਅੱਜ ਮੇਰਾ ਇੰਨਾ ਪੀਜ਼ੇ ਨੂੰ ਦਿਲ ਕਰੇ ਅਤੇ ਅੱਜ ਕਿਸੇ ਨੇ ਹਾਮੀ ਨਹੀਂ ਭਰੀ, ਅਤੇ ਜਿੱਦਣ ਕਦੇ ਆਪ ਖਾਣਾ ਹੋਵੇ ਤਾਂ ਉਦਣ ਸਾਰਾ ਹੀ ਜਾਨ ਟੁੱਟੀ ਜਾਊ। ਮੈਂ ਫਿਰ ਲਿਆਂਦਾ ਨਹੀਂ ਮਾਰ ਰਿਹਾ ਅੰਦਰ, ਮੈਂ ਉਦਣ ਗਿਆ ਨਾ ਉਹਨਾਂ ਦਾ ਟੇਸਟ ਹੀ ਸਵਾਦ ਸੀਗਾ, ਹੁਣ ਤਾਂ ਹੁਣ ਹੁਣ ਇਸ ਟਾਈਮ ਰੋਟੀ ਖਾਵਾਂਗੇ ਪੀਜ਼ਾ ਖਾਵਾਂਗੇ। ਹਾਂ ਨਹੀਂ ਹੁਣ ਕੱਲ੍ਹ ਲਿਆਵਾਂਗਾ, ਕੱਲ੍ਹ ਸ਼ਾਮੀ ਲਿਆਵਾਂਗਾ 5-6 ਵਜੇ ਨਾਲ, ਵਾਪਸ ਆਉਂਦੇ ਹੋਏ ਲਈ ਜਾਵਾਂਗੇ। ਨਕਸ਼ਾ ਜਿਹੜਾ ਬਣਵਾ ਕੇ ਲੈਂਦਾ ਲਗਭਗ ਸਾਰਿਆਂ ਨੂੰ ਪਸੰਦ ਆ ਗਿਆ, ਮੈਨੂੰ ਤਾਂ ਬਹੁਤ ਵਧੀਆ ਲੱਗਾ। ਅਤੇ ਡੈਡੀ ਜੀ ਤੁਹਾਨੂੰ ਕਿੱਦਾਂ ਵਧੀਆ ਲੱਗਾ ਕਿ ਨਹੀਂ? ਚਲੋ ਵੀ ਚਾਹੀਦਾ ਤਾਂ ਮੰਮੀ ਕਹਿੰਦੇ ਦੋ ਕਮਰੇ ਆ, ਸਮੇਂ ਬੈਡਰੂਮ ਦੋ ਆ ਬਸ ਨੀਚੇ, ਅਤੇ ਬਾਕੀ ਤੁਹਾਨੂੰ ਪੂਰਾ ਨਕਸ਼ਾ ਜਿਹੜਾ ਨਹੀਂ ਉਹ ਵੀ ਮੈਂ ਦਿਖਾਵਾਂਗਾ, ਵੀ ਐਡ ਕਰਾਂਗਾ ਕਿਸੇ ਦਿਨ ਵਲੌਗ ਦੇ ਵਿੱਚ, ਅਤੇ ਸਾਰੇ ਜਣੇ ਜ਼ਰੂਰ ਦੇਖਿਓ ਵੀ। ਕੀ ਹੈ ਮੰਮੀ? ਆਹੋ ਇਹ ਲਈ ਫਿਰਨ ਦੇ, ਉਹ ਬਾਹਰ ਲੈ ਗਈ ਆ ਬਾਹਰ, ਹਾਂ ਇੱਥੇ ਬਾਹਰ ਬਰਾਂਡੇ ਜਿਹੇ 'ਚ ਬਾਹਰ ਬਾਹਰ। ਕੀ ਮੰਗਦੀ ਆ? ਕੀ ਮੰਗਦਾ ਤੋਤਾ? ਤਾਂ ਚੜ੍ਹਦੀ ਚੜ੍ਹ ਗਈ ਮੰਜੇ ਤਾਂ, ਉਹ ਚੜ੍ਹ ਗਈ ਪਹਿਲੀ ਵਾਰੀ ਚੜ੍ਹੀ ਹੈ ਨਾ ਮੰਜੇ 'ਤੇ, ਤਾਂ ਉਹ ਭਰਾ ਮੰਜੇ 'ਤੇ ਤਾਂ ਚੜ੍ਹ ਗਈ ਪਹਿਲੀ ਵਾਰੀ ਅੱਜ ਲਾਈਵ ਮੰਜੇ 'ਤੇ ਤਾਂ ਚੜ੍ਹ ਗਈ। ਇਹ ਨਹੀਂ ਕਦੀ ਵੀ ਚੜ੍ਹੀ ਆਏ ਤਾਂ ਮੰਜੇ 'ਤੇ, ਅੱਜ ਪਹਿਲੀ ਵਾਰੀ ਚੜ੍ਹੀ ਮੰਜੇ 'ਤੇ ਆਪੇ ਹੀ। ਇਹ ਕਰਨੀ ਆ ਕਿਹੜੀ ਦਾਈ ਕਹਿੰਦੀ ਹੈ? ਦਾਈ ਕਿਹੜੀ ਲੈਣੀ ਕਿਹੜੀ? ਇਹ ਕਰਨੀ ਤਾਂ ਦਾਈ ਬਣਾ ਦੇ ਦਾਈ ਦਾਦੀ ਦਾਦੀ ਦੀ ਆ ਜਾਂ ਦੇ ਆ ਦੇ ਆ ਦਾਦੀ ਦੀ ਆ। ਅੱਧੇ ਜਣੇ ਨੇ ਕਹਿੰਦੇ ਵੀ ਇਹਦੀਆਂ ਗੱਲਾਂ ਐਡ ਕਰਾਂਗਾ, ਮੈਂ ਇਹਦਾ ਵਲੌਗ ਬੜਾ ਬਣਾਉਣਾ। ਹਾਂਜੀ ਇਹ ਕਰਨ ਡੇ ਜਰਗੁਣ ਆਏ ਮਾਮ ਲੈ, ਪਤਾ ਨਹੀਂ ਕੀ ਕਰੀ ਜਾਂਦੀ ਹੁਣ, ਲੈ ਆਹ ਹੁਣ ਆਪਣੀਆਂ ਉਹ ਲੈ ਆਈਓ ਰਬੜ ਬੈਂਡ ਲੈ ਆਈਓ। ਇਹ ਕੀ ਆ? ਅੱਜ ਮੁੰਬਈ ਦਾ ਸਨਰਾਈਜ਼ਰ ਦਾ ਲੱਗਾ ਮੈਚ, ਲੈ ਬਹਿ ਜਾ ਇੱਥੇ ਬਹਿ ਜਾ ਬਹਿ ਜਾ। ਕੀ ਆਉਂਦੀ ਕੀ ਆਏ ਕਹਿੰਦੀ ਉਂਗਲ ਫੜ ਬਸ, ਡੈਡੀ ਨੂੰ ਇਹੋ ਗੱਲ ਕਹੀ ਜਾਂਦੀ ਹੈ। ਛੱਡ ਦੋ ਹੱਥ ਡੈਡ ਜੀ, ਭਲਾ ਕੀ ਕਰਦੀ ਛੱਡੋ ਭਲਾ, ਕਹਿੰਦੀ ਹੱਥ ਫੜੋ ਚੱਲ ਦਾਦਾ ਨੂੰ ਕਹੋ ਆ ਜਾਓ, ਦਾਦਾ ਫੜ ਦੋ ਹੱਥ ਆ ਜਾ ਆ ਜਾ ਆ ਜਾ ਚੱਲ ਆ ਜਾ ਆ ਜਾ ਆ ਜਾ ਆ ਜਾ ਚੱਲ ਆ ਰੋਣ ਡਾ ਪੀ ਡੈਡੀ ਅੱਥਰੂਆਂ ਨਾਲ ਵਿਚਾਰੀ ਚੱਲ ਜਾ ਦਾਦਾ ਆਏ ਦਾਦਾ ਚੱਲ ਆ ਜਾ ਆ ਜਾ ਦਾਦੀ ਕੋ ਦਾਦੀ ਕੋ ਆ ਜਾ ਦਾਦੀ ਕੋ ਆ ਜਾ ਦਾਦੀ ਡੈਡੀ ਦਬਕਾ ਮਾਰੇ ਕੀ ਹੈ ਕੀ ਹੈ ਜਾਣਾ ਕਿੱਥੇ ਆ? ਕਹਿੰਦੀ ਉਂਗਲ ਮੇਰੀ ਫੜ ਲਾ ਬਸ ਝੜ ਗਿਆ ਜੀ ਇੱਕ ਪੰਨੀ ਕਿਹੜਾ ਕਿਸ਼ਨ ਗਿਆ ਜੀ ਦਾਈ ਨੂੰ ਕੀ ਕਰਨਾ ਜੀ ਚੀਜ਼ੀ ਖਾ ਲਾ ਹਰ ਗੁਣ
ਦੋਣਾ ਉਦੋਂ ਤੁਸੀਂ ਮੈਂ ਸਮਝ ਤੁਹਾਨੂੰ ਕਹਿਣ ਡੇ ਲਈ ਜਾਇਓ ਲਿਆਂਦਾ ਨੀ ਲੈ। ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ। ਅਤੇ ਮੇਰੀ ਗੁੜੀਆ ਹੁਣੇ ਹਲੇ ਨਾ ਉਹ ਸਲੈਬ ਦੇ ਨਾਲ ਮੂੰਹ ਵੱਜਿਆ ਵਿਚਾਰੀ ਦੇ ਬੜੀ ਜ਼ੋਰ ਦੇ ਵਿੱਚ, ਮੈਨੂੰ ਬੜਾ ਦੁੱਖ ਜਿਹਾ ਫਿਰ ਰੋਣ ਲੱਗ ਪਈ। ਹੁਣ ਇਹਨਾਂ ਬਾਹਰੋਂ ਘੁਮਾ ਕੇ ਲਿਆਇਆ ਵਾ, ਇਹਦਾ ਮੂੰਹ ਨਾ ਉਹ ਸਲੈਬ ਦੇ ਨਾਲ ਵੱਜੇ ਜਿੱਥੇ ਮੰਮੀ ਤਿਆਰ ਨਹੀਂ ਹੁੰਦੀ ਉਹਦੇ ਨਾਲ ਵੱਜਿਆ। ਕਿੱਥੇ ਵੱਜਿਆ ਹਰਗੁਣਾ ਬੁੱਗਾ, ਕਿੱਥੇ ਵੱਜਿਆ ਸੀ, ਕਿੱਥੇ ਲੱਗੀ ਛੱਤ? ਆਏ ਨਹੀਂ ਛੱਤ ਲੱਗੀ ਸੀ ਮੁੱਤ ਦੇ, ਇੱਥੇ ਵੀ ਲੱਗੀ ਸੀ ਗੋਡੇ ਦੇ। ਕਿੱਥੇ ਦਿਖਾਓ ਗੋਡੇ ਦੇ, ਕਿੱਥੇ ਆ ਦਿਖਾਓ, ਦਿਖਾਓ ਨਾ ਕਿੱਥੇ ਆ, ਤਾਂ ਕਿੱਥੇ ਆਈ ਆ ਲੱਗੀ ਉਹ ਛੱਤ। ਬੁੱਗੇ ਦੇ ਕਿੱਥੇ ਲੱਗੀ, ਬੁੱਗੇ ਦੇ, ਬੁੱਗੇ ਦੇ ਕਿੱਥੇ ਲੱਗੀ ਸੀ? ਹੈਂ ਆਈ ਆਈ, ਫੂਕ ਮਾਰ ਦਿਓ, ਫੂਕ ਮਾਰ ਦਿਓ ਨਾ, ਕੀ ਕਹਿੰਦੀ ਜਿਹੜਾ ਤਾਂ ਉੱਠੋ। ਉਹ ਕਾਕਾ, ਉਹ ਕਾਕਾ ਕਿੱਥੇ, ਕਾਕਾ ਉਹ ਕਾਕਾ ਸਾਹਮਣੇ ਬੈਠਾ। ਹਾਂ ਚਲੋ ਉੱਠੋ, ਇਹਦੇ ਨਾਲ ਨਾ ਮੱਥਾ ਵੱਜਿਆ ਜਾਣਾ ਐਨ ਨੂੰ ਪਹਿਲਾਂ ਵੇਖਣ ਡੇ, ਇੱਧਰ ਨੂੰ ਡੈਡੀ ਹੁਣ ਵੱਲ ਨਾ ਐਨ ਵੇਖਣ ਡੀ। ਇੱਥੋਂ ਮੁੜ ਕੇ ਨਾ ਜਗਦਾ ਮਿਹਦੀ ਮਿਹਦੀ ਜਗਦਾ ਵੀ ਐਨ ਘੁੰਮੀ ਬੜੀ ਤੇਜ਼, ਇੰਨਾ ਸਿੱਧਾ ਵੱਜਿਆ ਜਾ ਪਤਾ ਨਹੀਂ ਗੱਲ ਵੱਜੀ ਕਿ ਦੰਦ ਵੱਜੇ ਇਹਦੇ ਨਾਲ। ਮੈਂ ਵੀ ਮੁੰਬਈ ਵਾਲਿਆਂ ਨੂੰ ਮੁਬਾਰਕਾਂ, ਮੁੰਬਈ ਜਿੱਤ ਗਈ ਆ, ਚੰਗੀਆਂ ਬਾਲਾਂ 'ਚ 25 ਚਾਹੀਦੀ ਮੌਸਮ, ਕਈਆਂ ਬਾਲਾਂ 'ਚ 24।